ਖਰੜ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਸਵਿਫਟ ਕਾਰ ਦਾ ਚਲਾਨ ਕੱਟਿਆ ਗਿਆ, ਪਰ ਆਨਲਾਈਨ ਚਲਾਨ ਦੇ ਵਿੱਚ ਜ਼ਿਕਰ ਬੁਲਟ ਮੋਟਰਸਾਈਕਲ ਦਾ ਹੋਇਆ, ਕਿਉਂਕਿ ਕੱਟਿਆ ਤਾਂ ਚਲਾਨ ਸਵਿਫਟ ਕਾਰ ਦਾ ਹੈ ਪਰ ਪੱਤਰ ਦੇ ਵਿੱਚ ਚਲਾਨ ਦੇ ਵਿੱਚ ਜੋ ਨੰਬਰ ਹੈ ਉਹ ਬੁਲਟ ਮੋਟਰਸਾਈਕਲ ਦਾ ਹੈ, ਪਰ ਕਾਰ ਦੀ ਫੋਟੋ ਇਸ ਚਲਾਨ ਦੇ ਵਿੱਚ ਲੱਗੀ ਹੋਈ ਹੈ। ਖਰੜ ਟ੍ਰੈਫਿਕ ਪੁਲਿਸ ਦਾ ਇਹ ਵੱਡਾ ਕਾਰਨਾਮਾ ਸਾਹਮਣੇ ਆਇਆ, ਆਨਲਾਈਨ ਚਲਾਨ ਕਰਨ ਦੇ ਚੱਕਰ ਦੇ ਵਿੱਚ ਰੋਂਗ ਸਾਈਡ ਖੜੀ ਕਾਰ ਦਾ ਚਲਾਨ ਮੋਟਰਸਾਈਕਲ ਸਵਾਰ ਨੂੰ ਭੇਜ ਦਿੱਤਾ। ਇਹ ਮਾਮਲਾ ਖਰੜ ਟ੍ਰੈਫਿਕ ਪੁਲਿਸ ਦਾ ਹੈ, ਜਿੱਥੇ ਇੱਕ ਰੋਂਗ ਸਾਈਡ ਸਵਿਫਟ ਕਾਰ ਖੜੀ ਸੀ, ਉਸ ਦੀ ਫੋਟੋ ਖਿੱਚ ਕੇ ਜਦੋਂ ਚਲਾਨ ਕੱਟਣ ਲੱਗੇ ਤਾਂ ਇੱਕ ਅੱਖਰ ਦਾ ਵਾਧਾ ਘਾਟਾ ਹੋ ਗਿਆ, ਜਿਸ ਨੂੰ ਲੈ ਕੇ ਮੋਹਾਲੀ ਰਹਿੰਦੇ ਵਿਸ਼ਾਲ ਸੂਦ ਨੂੰ ਭੁਗਤਣਾ ਪਿਆ। ਵਿਸ਼ਾਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਸ ਨੂੰ ਮੋਬਾਈਲ ਅਤੇ ਟ੍ਰੈਫਿਕ ਪੁਲਿਸ ਖਰੜ ਦਾ ਮੈਸੇਜ ਆਇਆ, ਜਿਸ ਦੇ ਵਿੱਚ ਸਵਿਫਟ ਕਾਰ ਦੀ ਫੋਟੋ ਭੇਜੀ ਗਈ, ਲੇਕਿਨ ਜਿਹੜਾ ਚਲਾਨ ਦਾ ਨੰਬਰ ਲਿਖਿਆ ਹੋਇਆ ਉਹ ਬੁਲਟ ਮੋਟਰਸਾਈਕਲ ਦਾ ਹੈ ਜੋ ਕਿ ਮੋਹਾਲੀ ਖੜਾ ਹੋਇਆ ਸੀ। ਹੁਣ ਉਹ ਪੁਲਿਸ ਦੇ ਵਾਰ ਵਾਰ ਚੱਕਰ ਕੱਟ ਰਿਹਾ ਪਰ ਉਸਦੇ ਮਸਲੇ ਦਾ ਹੱਲ ਨਹੀਂ ਹੋਇਆ। ਕੁੱਲ ਮਿਲਾ ਕੇ ਪੁਲਿਸ ਦੇ ਵੱਲੋਂ ਸਵਿਫਟ ਕਾਰ ਦਾ ਚਲਾਨ ਕੱਟਿਆ ਗਿਆ, ਇੱਕ ਨੰਬਰ ਦਾ ਵਾਧਾ ਘਾਟਾ ਹੋ ਗਿਆ। ਚਲਾਨ ਜਿੱਥੇ ਸਵਿਫਟ ਕਾਰ ਦਾ ਕੱਟਿਆ ਜਾਣਾ ਸੀ ਪਰ ਚਲਾਨ ਦੀ ਕਾਪੀ ਆ ਜਿਹੜੀ ਉਹ ਬੁਲਟ ਸਵਾਰ ਨੂੰ ਭੇਜ ਦਿੱਤੀ, ਜਿਸ ਦਾ ਮੋਟਰਸਾਈਕਲ ਮੋਹਾਲੀ ਖੜਾ ਸੀ, ਤਾਂ ਨੰਬਰ ਦਾ ਇੱਕ ਵਾਧਾ ਘਾਟਾ ਜਿਹੜਾ ਟ੍ਰੈਫਿਕ ਪੁਲਿਸ ਦੇ ਵੱਲੋਂ ਕੀਤਾ ਗਿਆ। ਔਰ ਜੋ ਚਲਾਨ ਦੀ ਕਾਪੀ ਭੇਜੀ ਹੈ ਉਸਦੇ ਵਿੱਚ ਕਾਰ ਦੀ ਫੋਟੋ ਆ ਜਿਹੜੀ ਉਹ ਲੱਗੀ ਹੋਈ ਹੈ, ਜਦਕਿ ਨੰਬਰ ਇੱਕ ਬੁਲਟ ਮੋਟਰਸਾਈਕਲ ਦਾ ਨਜ਼ਰ ਆ ਰਿਹਾ। ਤਾਂ ਹੁਣ ਪੀੜਤ ਵੱਲੋਂ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਟੇ ਜਾ ਰਹੇ ਨੇ, ਕਿਸੇ ਪਾਸੇ ਉਸਦੀ ਸੁਣਵਾਈ ਨਹੀਂ ਹੋ ਰਹੀ। ਮੇਰਾ ਇਹ ਬਾਈਕ ਹੈ ਬੁਲਟ, ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ, ਆਨਲਾਈਨ ਚਲਾਨ ਸੀਗਾ, ਉਹਨਾਂ ਨੇ ਗਲਤੀ ਨਾਲ ਮੇਰਾ ਨੰਬਰ ਬੁਲਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ। ਹਾਂਜੀ, ਇਹ ਦਿੱਕਤ ਹੈ, ਦੇਖੋ ਨਾ ਕਿੰਨਾ ਗਲਤ ਕੰਮ ਹੈ। ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ। ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਿਆ? ਮੈਂ ਇੱਕ ਫੇਸ ਥਾਣੇ ਗਿਆ ਸੀ ਸਰ, ਉਹਨਾਂ ਨੇ ਕੋਈ ਮਤਲਬ ਰਿਸਪੌਂਸ ਨਹੀਂ ਦਿਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ, ਫਿਰ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ, ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ। ਮੋਟਰਸਾਈਕਲ ਇੱਥੇ ਖੜਾ ਤੁਹਾਡਾ? ਹਾਂਜੀ, ਮੋਟਰਸਾਈਕਲ ਇੱਥੇ ਖੜਾ, ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਖਰੜ। ਫੋਟੋ ਜਿਹੜੀ ਉਹ ਗੱਡੀ ਦੀ ਹੈ? ਫੋਟੋ ਗੱਡੀ ਦੀ ਹੈ, ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲਰ ਲਿਖਿਆ ਹੋਇਆ ਚਲਾਨ ਦੇ ਉੱਤੇ। ਪੰਗਾ ਪਾਤਾ ਜੀ, ਦੇਖ ਲਓ ਬਾਈਕ ਪੂਰੇ ਹੀ ਖੜਾ, ਸਾਡਾ ਇੱਕ ਫੇਸ ਜਾਂਦਾ ਹੀ ਨਹੀਂ ਕਿਤੇ ਬਾਈਕ ਵੀ, ਮੈਂ ਤਾਂ ਬਹੁਤ ਪਰੇਸ਼ਾਨ ਹਾਂ। ਦੇਖੋ ਨਾ ਸਾਡੀ ਬਾਈਕ ਤੱਕ ਚਲਾਨ ਚੜ ਗਿਆ, ਹੁਣ ਇਹਨੂੰ ਆਨਲਾਈਨ ਚਲਾਨ ਨੂੰ ਉਤਾਰੀਏ ਵੀ ਕਿਸ ਤਰ੍ਹਾਂ? ਦਿੱਕਤ ਇਹ ਹੈ, ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਦਾ, ਤੁਸੀਂ ਦੇਖੋ ਉਸ 'ਚ ਕਾਰ ਖੜੀ ਹੈ, ਪ੍ਰੋਪਰ ਸਵਿਫਟ ਖੜੀ ਹੈ, ਬਾਈਕ ਇਹ ਖੜਾ, ਤੁਸੀਂ ਦੇਖ ਸਕਦੇ ਹੋ। ਹਾਂਜੀ, ਇਹ ਦਿੱਕਤ, ਦੇਖੋ ਇਹਦਾ ਹੱਲ ਸਰ, ਚਲਾਨ ਨੂੰ ਕੈਂਸਲ ਕਰਵਾਇਆ ਜਾਵੇ, ਚਲਾਨ ਨੂੰ ਸਾਡੇ ਇਹਦੀ RC ਤੋਂ ਉਤਰਾਇਆ ਜਾਵੇ ਨਾ, ਤਾਂ ਹੀ ਨਹੀਂ ਤੇ ਕਾਰ RC ਤੇ ਚੜਿਆ ਰਹੇਗਾ, ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁਡਾਉਣ ਵਾਸਤੇ। ਇਹ ਦਿੱਕਤ ਹੈ, ਇਹਨੂੰ ਕੈਂਸਲ ਕਰਵਾਓ ਸਰ, ਜਿੱਦਾਂ ਵੀ ਹੋ ਜਾਵੇ। ਠੀਕ, ਜਿਹੜਾ ਇਹ ਕਿਸੇ ਵੀ ਗੱਡੀ ਦੀ ਸਨਰੂਫ ਖੋਲ੍ਹ ਕੇ ਉਹਦੇ ਉੱਪਰ ਖੜ੍ਹੇ ਹੋ ਕੇ ਜਾਂ ਗੱਡੀ ਦੇ ਵਿੱਚ ਉੱਪਰ ਬੈਠ ਕੇ ਛੱਤ 'ਤੇ ਜਾਂ ਸਾਈਡ 'ਤੇ ਲਟਕ ਕੇ ਜੇ ਕੋਈ ਬੰਦਾ ਗੱਡੀ ਦੇ ਉੱਪਰ ਬੈਠਾ ਜਾਂ ਚਲਾ ਰਿਹਾ ਹੈ ਤਾਂ ਉਹਦੇ ਅਗੇਂਸਟ ਮੋਟਰ ਵਹੀਕਲ ਐਕਟ ਦੇ ਅਨੁਸਾਰ ਕਾਰਵਾਈ ਕਰਨੀ ਬਣਦੀ ਆ। ਔਰ ਸਾਡੇ ਕੋਲ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਕੰਪਲੇਂਟਸ ਆਈ ਹੈ ਜਾਂ ਆ ਰਹੀਆਂ, ਅਸੀਂ ਉਹਦੇ ਅਗੇਂਸਟ ਕਾਰਵਾਈ ਕਰ ਰਹੇ ਹਾਂ ਮੋਟਰ ਵਹੀਕਲ ਐਕਟ ਦੇ ਅਨੁਸਾਰ। ਉਹ ਇੰਸਟਾਲ ਤੇ ਸਰਕਾਰ ਦੇ ਜਿਹੜੇ ਲਾਜ਼ ਹੈ ਉਹਨਾਂ ਦੇ ਅਕੋਰਡਿੰਗ ਜਾਂ ਰੂਲਸ ਦੇ ਅਕੋਰਡਿੰਗ ਹੀ ਹੋ ਰਹੇ ਆ, ਪਰ ਉਹਨੂੰ ਮਿਸਯੂਜ਼ ਕਰਨਾ ਗਲਤ ਹੈ ਨਾ। ਜੇ ਕੋਈ ਬੰਦਾ ਉਹਨੂੰ ਮਿਸਯੂਜ਼ ਕਰ ਰਿਹਾ ਹੈ, ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ, ਆਪਾਂ ਉਹਦੇ 'ਚੋਂ ਨਿਕਲ ਕੇ ਬਾਹਰ ਉੱਪਰ ਛੱਤ ਦੇ ਉੱਪਰ ਗਲਤ ਕੁਛ ਹਰਕਤ ਕਰ ਰਿਹਾ ਹੈ ਜਿਹੜੇ ਕਿ ਉਹਦੀ ਲਾਈਫ ਵਾਸਤੇ ਜਾਂ
ਜਿਹੜਾ ਕੋਈ ਹੋਰ ਰੋਡ ਦੇ ਉੱਪਰ ਬੰਦਾ ਜਾ ਰਿਹਾ ਉਹਦੀ ਲਾਈਫ ਵਾਸਤੇ ਨੁਕਸਾਨਦਾਇਕ ਹੈ, ਅਤੇ ਉਹਦੇ 'ਤੇ ਐਕਸ਼ਨ ਕਰਨਾ ਬਣਦਾ ਹੈ ਔਰ ਅਸੀਂ ਉਹ ਐਕਸ਼ਨ ਕਰ ਰਹੇ ਹਾਂ। ਸਰ ਇੱਕ ਦੇਖਿਆ ਜਾਏ ਕਿ ਜਿਹੜੇ ਚਲਾਨ ਔਨਲਾਈਨ ਚਲਾਨ ਸਿਸਟਮ ਸ਼ੁਰੂ ਕੀਤਾ ਗਿਆ, ਫੋਟੋ ਖਿੱਚ ਕੇ ਚਲਾਨ 'ਤੇ ਭੇਜਦੇ ਨੇ ਚਲਾਨ ਦੇ ਨਾਲ, ਅਤੇ ਲਗਾਤਾਰ ਉਹ ਦੇਖਿਆ ਜਾ ਰਿਹਾ ਕਿ ਕਈ ਵਾਰ ਜਿਹੜਾ ਵਾਹੀਕਲ ਹੁੰਦਾ ਆਪਾਂ ਗੱਡੀ ਦਾ ਚਲਾਨ ਕੱਟਦੇ ਨੇ, ਮੋਟਰਸਾਈਕਲ ਦੇ ਨੰਬਰ ਪਲੇਟ ਲੱਗੀ ਹੁੰਦੀ ਹੈ, ਜਾਂ ਇਹਨੂੰ ਆਪਾਂ ਕਿਸ ਤਰ੍ਹਾਂ ਆਈਡੈਂਟੀਫਾਈ ਕਰਦੇ ਹਾਂ? ਉਹਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਟ੍ਰੈਫਿਕ ਪਰਸਨਲ ਆ ਉਹ ਜਦੋਂ ਵਹੀਕਲ ਨੂੰ ਰੋਕ ਕੇ ਚੈੱਕ ਕਰਦੇ ਆ, ਅਤੇ ਅਗਰ ਕੋਈ ਇੱਦਾਂ ਦੀ ਚੀਜ਼ ਸਾਹਮਣੇ ਆਉਂਦੀ ਹੈ ਕਿ ਉਹਦੀ ਗੱਡੀ 'ਤੇ ਕੋਈ ਨੰਬਰ ਹੋਰ ਲੱਗਿਆ, ਅਤੇ ਜਿਵੇਂ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਉਹ ਨੰਬਰ ਵਗੈਰਾ ਜਦੋਂ ਆਪਾਂ ਪਾਉਂਦੇ ਹਾਂ ਤਾਂ ਉਹ ਕਲੀਅਰ ਹੋ ਜਾਂਦਾ ਕਿ ਇਹ ਡਿਟੇਲ ਆ ਜਾਂਦੀ ਸਾਰੀ ਸਾਹਮਣੇ ਕਿ ਨੰਬਰ ਕਿਹਨੂੰ ਕਿਸ ਗੱਡੀ ਦਾ ਆ, ਉਹਦਾ ਮਾਲਕ ਕੌਣ ਹੈ ਵਗੈਰਾ ਵਗੈਰਾ। ਅਤੇ ਉਹਦਾ ਜੇ ਤਾਂ ਕੋਈ ਮੌਕੇ 'ਤੇ ਬੰਦਾ ਖੜ੍ਹਾ ਆ, ਉਹਨੇ ਗਲਤ ਨੰਬਰ ਲਗਾਇਆ, ਉਹ ਸਾਹਮਣੇ ਆ ਜਾਂਦਾ, ਉਹਦੇ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਹੈ, ਮੋਟਰ ਵਹੀਕਲ ਐਕਟ ਦੀ ਕਾਰਵਾਈ ਤਾਂ ਕੀਤੀ ਜਾਂਦੀ ਹੈ, ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਜਿਹੜਾ IPC ਜਿਹੜੀ ਪਹਿਲਾਂ ਸੀਗੀ ਹੁਣ ਭਾਰਤੀ ਨਿਆਇ ਸੰਹਿਤਾ ਆ ਗਈ ਹੈ, ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਹੈ। ਪਰ ਸਮਟਾਈਮ ਕੀ ਹੁੰਦਾ ਹੈ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ, ਬੰਦਾ ਗੱਡੀ ਭਜਾ ਲੈਂਦਾ, ਅਸੀਂ ਉਹਦੀ ਫੋਟੋ ਖਿੱਚ ਲੈਂਦੇ ਹਾਂ ਗੱਡੀ ਦੀ, ਉਹਦਾ ਨੰਬਰ ਆ ਜਾਂਦਾ, ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਉਹਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ। ਪਰ ਕਈ ਵਾਰੀ ਹੁੰਦਾ ਹੈ ਕਿ ਕੁਛ ਸਾਡੇ ਕੋਲ ਇੱਦਾਂ ਦੇ ਕੇਸ ਵੀ ਆਏ ਆ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਹੈ ਅਤੇ ਬੰਦਾ ਕਿਸੇ ਹੋਰ ਵਹੀਕਲ 'ਤੇ ਜਾ ਰਿਹਾ ਹੈ, ਤਾਂ ਐਸੇ ਕੇਸ ਦੇ ਵਿੱਚ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ, ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕੀਤੀ ਜਾਂਦੀ ਹੈ ਜੋ ਉਹਨੇ ਗਲਤ ਨੰਬਰ ਪਲੇਟ ਲਗਾਈ ਹੈ। ਸੋ ਉਹ ਸਾਰਾ ਕੁਛ ਜਦੋਂ ਅਸੀਂ ਫੋਟੋ ਖਿੱਚਦੇ ਹਾਂ ਉਹ ਸਾਰਾ ਕੁਛ ਰਿਕਾਰਡ ਸਾਹਮਣੇ ਆ ਜਾਂਦਾ, ਜਿੱਥੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਵੀਲਰ ਦਾ ਲਗਾਇਆ ਤਾਂ ਉਹ ਸਾਹਮਣੇ ਸਾਡੇ ਕੋਲ ਔਨ ਰਿਕਾਰਡ ਆ ਜਾਂਦਾ, ਫਿਰ ਉਹਦੇ ਖਿਲਾਫ਼ ਅਸੀਂ ਮੁਕੱਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ। ਕੁਛ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਇਰੀ FIR ਦਰਜ ਕਰਨ ਦੀ ਰਿਕਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ SIP ਸਾਹਿਬ ਨੂੰ ਭੇਜੀ ਹੈ। ਦੇਖੋ ਅਗਰ ਉਹ ਜ਼ਿਆਦਾ ਵਾਇਓਲੇਸ਼ਨ ਕਰਦੇ ਆ ਤਾਂ ਫਿਰ FIR ਦੀ ਪ੍ਰੋਵੀਜ਼ਨ ਵੀ ਹੈਗੀ ਆ, ਜੇ ਉਹ ਮੋਟਰ ਵਹੀਕਲ ਐਕਟ ਦੀ ਹੀ ਵਾਇਓਲੇਸ਼ਨ ਕਰਦੇ ਆ ਤਾਂ ਫਿਰ ਉਹਦਾ ਚਲਾਨ ਕੀਤਾ ਜਾਂਦਾ।